ਪੰਜਾਬਾਂ ਦੇ ਵੱਲੋਂ ਫਾਈਨਲ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਨੂੰ ਵੀ ਬੜੇ ਉਤਸ਼ਾਹ ਨਾਲ ਪੇਸ਼ ਕੀਤਾ ਗਿਆ। ਪੰਜਾਬੀ ਅਤੇ ਪੰਜਾਬੀਅਤ ਨੂੰ ਦਰਸਾਉਂਦੇ ਮਿਸਿਸ ਪੰਜਾਬ 2016 ਕੌਂਟੈਸਟ ਦਾ ਗ੍ਰੈਂਡ ਫਿਨਾਲੇ ਲੁਧਿਆਣਾ ਦੇ ਸਥਾਨਕ ਕਲੱਬ ਵਿਖੇ ਸੰਪੰਨ ਹੋਇਆ। ਇਸ ਕੌਂਟੈਸਟ ਵਿੱਚ ਹਿੱਸਾ ਲੈਣ ਵਾਲੀਆਂ ਘਰੇਲੂ ਮਹਿਲਾਵਾਂ ਨੇ ਜਿੱਥੇ ਘਰ ਦੇ ਚੁੱਲ੍ਹੇ ਚੌਂਕੇ ਅਤੇ ਰੋਜ਼ਮਰਾ ਦੀ ਜ਼ਿੰਦਗੀ ਤੋਂ ਨਿਕਲਦੇ ਮੌਤਾਂ ਵਾਂਗ ਗ੍ਰੈਂਡ ਵਾਕ ਕੀਤਾ, ਉੱਥੇ ਪੰਜਾਬੀ ਸੱਭਿਆਚਾਰ ਨੂੰ ਵੀ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ। ਇਸ ਕੌਂਟੈਸਟ ਵਿੱਚ ਹਿੱਸਾ ਲੈਣ ਵਾਲੀਆਂ ਪ੍ਰਤੀਯੋਗੀਆਂ ਦਾ ਇਹ ਮੰਨਣਾ ਹੈ ਕਿ ਕੌਂਟੈਸਟ ਵਿੱਚ ਹਰ ਜਿੱਤ ਨੂੰ ਮਾਇਨੇ ਨਹੀਂ ਰੱਖਦੀ। ਉਹਨਾਂ ਨੂੰ ਸ਼ਾਦੀਸ਼ੁਦਾ ਜ਼ਿੰਦਗੀ ਦੌਰਾਨ ਇਸ ਤਰ੍ਹਾਂ ਦਾ ਮੌਕਾ ਮਿਲਿਆ, ਇਹੀ ਉਹਨਾਂ ਲਈ ਵੱਡੀ ਗੱਲ ਹੈ ਅਤੇ ਇਸ ਤਰ੍ਹਾਂ ਦੇ ਕੌਂਟੈਸਟ ਸਮੇਂ ਸਮੇਂ ਸਿਰ ਹੁੰਦੇ ਰਹਿਣੇ ਚਾਹੀਦੇ ਨੇ। ਯਹਾਂ ਤੱਕ ਪਹੁੰਚੇ ਹੈ ਹਮਾਰੇ ਲਈ ਯਹੀ ਬਹੁਤ ਬੜੀ ਬਾਤ ਹੈ ਔਰ ਹਮੇਂ ਇਹ ਲੱਗਤਾ ਹੈ ਆਜ ਹਮ ਜਿਤਨੇ ਵੀ 25 ਕੇ 25 ਕੰਟੈਸਟੈਂਟ ਯਹਾਂ ਸੇ ਹੈ ਯਹਾਂ ਪਰ ਹੈ ਹਮ ਸਾਰੇ ਕੇ ਸਾਰੇ ਹੀ ਵਿਨਰਸ ਹੈ। ਹਾਰ ਜੀਤ ਇਤਨੀ ਮਾਇਨੇ ਨਹੀਂ ਰੱਖਤੀ ਹੈ ਬਟ ਇੱਕ ਲੈਵਲ ਤੱਕ ਯਹਾਂ ਪਰ ਆਉਣਾ ਹੀ ਹਮਾਰੇ ਲਈ ਬਹੁਤ ਇੰਪੋਰਟੈਂਟ ਹੈ। ਵੀ ਔਲ ਫੀਲ ਕਿ ਹਮ ਸਾਰੇ ਕੇ ਸਾਰੇ ਵਿਨਰਸ ਹੈ। ਨਹੀਂ ਹਮਨੇ ਕਭੀ ਨਹੀਂ ਸੋਚਾ ਥਾ ਕਿ ਸ਼ਾਦੀ ਕੇ ਬਾਅਦ ਐਸਾ ਪਲੈਟਫਾਰਮ ਮਿਲੇਗਾ। ਸੋ ਥੈਂਕਸ ਟੂ 9to9 ਇੰਟਰਟੇਨਮੈਂਟ ਪੀਪਲ ਦੈਟ ਆਜ ਹਮੇਂ ਇਤਨਾ ਅੱਛਾ ਪਲੈਟਫਾਰਮ ਮਿਲਾ ਹੈ ਜਹਾਂ ਹਮ ਆਪਣਾ ਟੈਲੈਂਟ ਡਿਸਕਲੋਜ਼ ਕਰ ਸਕਤੇ ਹੈਂ। ਵੀ ਔਨ ਦ ਟੋਪ ਆਫ ਦ ਵਰਲਡ, ਇਤਨਾ ਅੱਛਾ ਮਹਿਸੂਸ ਹੋ ਰਿਹਾ ਪਹਿਲੀ ਵਾਰ ਜ਼ਿੰਦਗੀ ਮੇਂ ਸ਼ਾਦੀ ਕੇ ਬਾਅਦ ਐਸਾ ਮੌਕਾ ਮਿਲਾ ਹੈ ਔਰ ਮੁਝੇ ਨਹੀਂ ਲੱਗਤਾ ਕਿ ਹਰ ਕਿਸੀ ਕੋ ਐਸਾ ਮੌਕਾ ਮਿਲਤਾ ਹੈ ਜੋ ਹਮੇਂ ਮਿਲਾ ਹੈ ਔਰ ਇਤਨੇ ਕੰਟੈਸਟੈਂਟਸ ਮੇਂ ਸੇ ਆਲਮੋਸਟ 300 ਕੰਟੈਸਟੈਂਟਸ ਮੇਂ ਸੇ ਆਜ ਹਮ 25 ਫਿਨਾਲੇ ਮੇਂ ਪਹੁੰਚੇ ਹੈ। ਯੇ ਸਭਸੇ ਅੱਛੀ ਬਾਤ ਹੈ। ਹਾਰ ਜੀਤ ਤੋ ਚਲਤੀ ਰਹੇਗੀ ਬਟ ਜੋ ਹਮ ਆਜ ਯਹਾਂ ਤੱਕ ਪਹੁੰਚੇ ਹੈ ਵੋ ਬਹੁਤ ਮਾਇਨੇ ਰੱਖਤੀ ਹੈ ਹਮਾਰੇ ਲਈ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅਤੇ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਮਿਸਿਸ ਪੰਜਾਬ ਦੇ ਵਿੱਚ ਫਾਈਨਲਿਸਟ ਹਾਂ। ਕਹਿੰਦੇ ਪੰਜਾਬੀਆਂ ਦੀ ਟੌਹਰ ਹੀ ਵੱਖਰੀ ਹੁੰਦੀ ਹੈ ਅਤੇ ਪੰਜਾਬੀਆਂ ਲਈ ਕਿਸੇ ਸ਼ਾਇਰ ਨੇ ਲਿਖਿਆ, ਮਾੜਾ ਤੱਕੀਏ ਨਾ ਮਾੜਾ ਕਹੀਏ ਨਾ, ਮਾੜਾ ਤੱਕੀਏ ਨਾ ਮਾੜਾ ਕਹੀਏ ਨਾ, ਦੁਨੀਆ ਕਾਇਲ ਹੈ ਸਾਡੇ ਇਰਾਦਿਆਂ ਦੀ, ਉਂਝ ਤਾਂ ਜੱਗ ਦੇ ਲੋਕ ਨੇ ਬਥੇਰੇ ਪਰ ਵੱਖਰੀ ਵੱਖਰੀ ਟੌਹਰ ਹੈ ਪੰਜਾਬੀਆਂ ਦੀ। ਆਈ ਐਮ ਸੋ ਹੈਪੀ ਟੂ ਟੇਕ ਪਾਰਟ ਇਨ ਦਿਸ ਕੰਪੀਟੀਸ਼ਨ। ਯੈਸ, ਇਟਸ ਮਾਈ ਫਸਟ ਕੰਪੀਟੀਸ਼ਨ ਇਨ ਇੰਡੀਆ। It's like Mrs. Punjab, the first part Miss India, and also other country. And all contents are so pretty. I was making so much friends, and the 9to9 entertainment, who is organized this is all function, also making all this is so pretty. ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2। ਨਾ ਚੰਗੀ ਜਬੂ